ਪੁਲਿਸ ਦੀ ਬੇੜੀਆਂ 'ਚ ਜਕੜੀ ਹੋਈ ਇਹ ਔਰਤ ਇੱਕ ਮਹਾ ਠੱਗ ਹੈ। ਇਸਨੇ ਤੁਹਾਡੇ ਬੱਚਿਆਂ ਦੇ ਕਰੋੜਾਂ ਰੁਪਏ ਠੱਗ ਲਏ। ਦਰਅਸਲ 15 ਤੋਂ 16 FIR ਇਸ ਮਹਿਲਾ 'ਤੇ ਦਰਜ ਕੀਤੀਆਂ ਗਈਆਂ ਨੇ। ਪੁਲਿਸ ਦੇ ਕੋਲ ਕਈ ਸ਼ਿਕਾਇਤਾਂ ਆਈਆਂ ਇਸ ਮਹਿਲਾ ਦੇ ਖਿਲਾਫ। ਇਸ ਮਹਿਲਾ ਦੇ ਨਾਲ 3 ਇਸਦੇ ਸਾਥੀ ਵੀ ਨੇ। ਇਹ ਚਾਰੇ ਜਣੇ ਮਿਲ ਕੇ ਇੱਕ ਇਮੀਗ੍ਰੇਸ਼ਨ ਸੈਂਟਰ ਚਲਾਉਂਦੇ ਸੀ। ਉਸ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਇਹਨਾਂ ਨੇ ਕਈ ਬੱਚਿਆਂ ਨੂੰ ਠੱਗਿਆ ਏ। ਕਰੀਬ 1.5 ਤੋਂ 2 ਕਰੋੜ ਰੁਪਏ ਦੀ ਇਸ ਮਹਿਲਾ ਦੇ ਵੱਲੋਂ ਠੱਗੀ ਮਾਰੀ ਗਈ ਹੈ। ਤੇ ਦੱਸ ਦਈਏ ਕਿ ਕਲਕੱਤਾ ਏਅਰਪੋਰਟ ਤੋਂ ਇਹ ਫਰਾਰ ਹੋਣ ਲੱਗੀ ਸੀ, ਜਹਾਜ਼ ਬੈਠਣ ਲੱਗੀ ਸੀ, ਤਾਂ ਮੌਕੇ 'ਤੇ ਮੋਗਾ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਅਤੇ ਅੱਜ ਮਾਣਯੋਗ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਏ। ਤਾਂ ਮੋਗਾ ਦੀ ਰਹਿਣ ਵਾਲੀ ਇਹ ਮਹਿਲਾ ਜਿਸ ਦੇ ਖਿਲਾਫ LOC ਜਾਰੀ ਕਰ ਦਿੱਤਾ ਗਿਆ ਸੀ, ਜਿਸ ਨੂੰ ਕਿ ਹੁਣ ਕਲਕੱਤਾ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਏ ਅਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਏ, ਜਿਸ ਤੋਂ ਬਾਅਦ ਪੁਲਿਸ ਨੂੰ ਇਸਦਾ ਰਿਮਾਂਡ ਵੀ ਹਾਸਲ ਹੋ ਗਿਆ ਹੈ। ਦੱਸ ਦਈਏ ਕਿ ਲੁਧਿਆਣਾ ਦਾ ਰਹਿਣ ਵਾਲਾ ਇੱਕ ਸ਼ਖਸ ਜਿਸ ਦੇ ਬਿਆਨਾਂ 'ਤੇ ਇਸ ਮਹਿਲਾ ਖਿਲਾਫ ਕਾਰਵਾਈ ਹੋਈ ਹੈ। ਦਰਅਸਲ ਇਹ ਮਹਿਲਾ ਆਪਣੇ 3 ਸਾਥੀਆਂ ਦੇ ਨਾਲ ਰਲ ਕੇ ਵੀਜ਼ਾ ਰਾਈਟ ਨਾਮ ਦੀ ਇੱਕ ਇਮੀਗ੍ਰੇਸ਼ਨ ਫਰਮ ਚਲਾਉਂਦੀ ਸੀ ਅਤੇ ਕਈ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਇਸ ਨੇ 1.5 ਤੋਂ 2 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਇਸ ਦੇ ਖਿਲਾਫ 15 ਤੋਂ 16 ਮਾਮਲੇ ਦਰਜ ਸਨ, ਜਿਸ ਤੋਂ ਬਾਅਦ ਇਸ ਨੂੰ ਹੁਣ ਕਲਕੱਤਾ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਏ। ਤਾਂ ਪੰਜਾਬ ਭਰ ਦੇ ਵਿੱਚ ਨੌਜਵਾਨ ਪੀੜ੍ਹੀ ਬਾਹਰ ਜਾਣ ਦੇ ਲਈ ਪੁਰਜ਼ੋਰ ਕੋਸ਼ਿਸ਼ਾਂ ਕਰਦੀ ਹੈ। ਕਈ ਡੰਕੀ ਮਾਰਦੇ ਨੇ ਅਤੇ ਕਈ ਸਟੂਡੈਂਟ ਵੀਜ਼ਾ ਜਾਂ ਫਿਰ LMI ਲਗਾ ਕੇ ਜਾਂਦੇ ਨੇ। ਇਸੇ ਗੱਲ ਦਾ ਫਾਇਦਾ ਚੱਕਦੇ ਹੋਏ ਕੁਝ ਅਜਿਹੇ ਲੋਕ ਜੋ ਕਿ ਇਮੀਗ੍ਰੇਸ਼ਨ ਦੇ ਨਾਮ 'ਤੇ ਇਹਨਾਂ ਲੋਕਾਂ ਦੇ ਕੋਲੋਂ ਠੱਗੀ ਮਾਰ ਲੈਂਦੇ ਨੇ, ਤਾਂ ਇਸ ਔਰਤ ਅਤੇ ਇਸ ਦੇ ਸਾਥੀਆਂ ਨੇ ਵੀ ਬੱਚਿਆਂ ਦੇ ਕੋਲੋਂ ਠੱਗੀ ਮਾਰੀ ਹੈ। 1.5 ਤੋਂ 2 ਕਰੋੜ ਦੀ ਠੱਗੀ ਮਾਰਨ ਵਾਲੀ ਇਹ ਔਰਤ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਅਤੇ ਜਲਦ ਹੀ ਇਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਦੇ ਖਿਲਾਫ ਨਾ ਹੀ ਗੁਰਜੰਟ ਸਿੰਘ ਦੇ ਬਿਆਨ 'ਤੇ FIR ਦਰਜ ਕੀਤੀ ਹੈ, 420-120B ਦੀ। ਠੀਕ ਹੈ, ਇਹਨਾਂ ਨੇ ਕਾਫੀ 10-12 ਲੋਕਾਂ ਦੀਆਂ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ 'ਚ ਉਹਨਾਂ ਨੇ ਬਾਹਰ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਹੋਈ ਹੈ। ਠੀਕ ਹੈ ਜੀ, ਇਹਦਾ ਅਸੀਂ LOC ਜਾਰੀ ਕਰਾਇਆ ਸੀ, ਇਹਦੇ ਵਿੱਚ 2 ਦੋਸ਼ੀਆਂ ਦਾ। ਇਹਨੂੰ ਕਲਕੱਤਾ ਏਅਰਪੋਰਟ 'ਤੇ ਕਾਬੂ ਕੀਤਾ ਗਿਆ ਜੀ, ਉੱਥੋਂ ਲਿਆਣ ਕੇ ਇਹਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ। ਅੱਗੇ ਇਹਦੀ ਪੁੱਛਗਿੱਛ ਕਰਾਂਗੇ, ਜਿੱਦਾਂ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਫਤੀਸ਼ ਅਮਲਾਂ 'ਚ ਲਿਆ ਕੇ ਨਿਪਟਾਰਾ ਕੀਤਾ ਜਾਵੇ। ਕਿਸ ਤਰੀਕੇ ਨਾਲ ਠੱਗੀ ਮਾਰਦੇ ਸੀ ਇਹ ਲੋਕਾਂ ਨੂੰ? ਜਿਵੇਂ ਬੱਚੇ ਦਾ ਕੇਸ ਬਾਹਰ ਲਾਉਣ ਭੇਜਣ ਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਿਆਂਗੇ, ਉਹਦਾ 12 ਲੱਖ ਲੱਗੇਗਾ, 20 ਲੱਖ ਲੱਗੇਗਾ, ਇੱਦਾਂ ਲੱਖ ਵੱਖ ਵੱਖ ਦਰਖਾਸਤ ਆਏਗੀ। ਟੋਟਲ ਹੁਣ ਤੱਕ ਕਿੰਨੇ ਲੱਖ ਦੀ ਠੱਗੀ ਜਿਹੜੀ ਵੱਧ ਚੁੱਕੀ ਹੈ? ਲਗਭਗ ਕਰੀਬ ਮੇਰੇ ਪਾਸ 16 ਦਰਖਾਸਤਾਂ ਹੈਗੀਆਂ, ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਆ, ਕਿਸੇ ਦਾ 20 ਲੱਖ ਆ, ਇੱਦਾਂ ਕਰੀਬ 1.5 ਕਰੋੜ ਦੇ ਨੇੜੇ ਜਿਹੜੇ ਹੈਗੇ ਉਹ। 1.5 ਕਰੋੜ? ਹਾਂਜੀ, 1.5 ਕਰੋੜ ਦੇ ਨੇੜੇ। ਟੋਟਲ ਗੈਂਗ ਹੈ ਕੋਈ ਕਹਿੰਦਾ ਜੀ? ਇਹ 4-5 ਜਣੇ ਹੈ ਜੀ, ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ। ਉੱਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ 'ਤੇ ਇਹਨਾਂ ਦਾ ਜਿਹੜਾ ਆਫਿਸ ਖੋਲ੍ਹਿਆ ਹੈ, ਜਿਹੜਾ ਮੇਨ ਇਹਨਾਂ ਦੇ MD ਆ ਨਿਰਮਲਜੀਤ ਸਿੰਘ ਹੈਗਾ ਜੀ। ਅਤੇ ਪੁਲਿਸ ਨੂੰ ਕਿਵੇਂ ਪਤਾ ਲੱਗਾ ਵੀ ਜਿਹੜੇ ਉੱਥੇ? ਅਸੀਂ ਇਹਦਾ LOC ਜਾਰੀ ਕਰਵਾਇਆ ਸੀਗਾ, ਉਹਦੇ 'ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਹੋਇਆ ਸੀਗਾ। ਅਸੀਂ ਉੱਥੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਸੀਵ ਕਰਕੇ ਲੈ ਗਏ ਹਾਂ ਟ੍ਰਾਂਜੈਂਟ ਰਿਮਾਂਡ ਦੇ। ਫਰਦਰ ਹੁਣ ਅਗਲੀ ਕੀ ਕਾਰਵਾਈ ਚੱਲਦੀ ਹੈ? ਅਗਲੀ ਹੁਣ ਪੁੱਛਗਿੱਛ ਕਰਾਂਗੇ ਇਹਨਾਂ ਤੋਂ ਵੀ ਇਹਨਾਂ ਨਾਲ ਕਿੱਥੋਂ ਕਿੱਥੋਂ ਆ, ਕਿੰਨੇ ਕਿੰਨਾ ਪੈਸਾ ਇਹਨਾਂ ਦਾ, ਕਿਹੜੇ ਕਿਹੜੇ ਅਕਾਊਂਟ ਦੇ ਵਿੱਚ ਗਿਆ, ਹੋਰ ਇਹਨਾਂ ਦੇ ਕਿਹੜੇ ਕਿਹੜੇ ਸਾਥੀ ਆ ਅਤੇ ਕਿੱਥੇ ਕਿੱਥੇ ਉਹ ਲੁਕੇ ਛਿਪੇ ਆ, ਕਿਹੜੇ ਕਿਹੜੇ ਕੰਟਰੀ 'ਚ ਭੇਜਣ ਦਾ ਇਹਨਾਂ ਨੇ ਝਾਂਸਾ ਦਿੱਤਾ? ਇਹਨਾਂ ਨੇ ਕੈਨੇਡਾ ਦੇ ਵਿੱਚ ਹੀ ਆ, ਜ਼ਿਆਦਾ ਫਾਈਲਾਂ ਦੇ ਵਿੱਚ ਕੈਨੇਡਾ ਦਾ ਹੀ ਲਿਖਿਆ ਹੋਇਆ ਹੈ।